ਸਾਸੀ ਕਾਲ ਵੀਰ ਜੀ ਮੈਂ ਨਰਪਾਲ ਸਿੰਘ ਤੁਹਾਨੂੰ ਪਤਾ ਹੀ ਹੈ ਕਿ ਮੈਂ ਜਿੰਨੀਆਂ ਵੀ ਵੀਡੀਓ ਪਾਉਣਾ ਪਹਿਲਾਂ ਖਦੇ ਟਰੈਕਟਰਾਂ ਤੇ ਜਾਂ ਕਹਿ ਲਓ ਪਹਿਲਾਂ ਆਪ ਦੇ ਤੇ ਪਰਖ ਕੇ ਫੇਰ ਦੱਸਦਾ ਐ ਨਹੀਂ ਕਿ ਪਹਿਲਾਂ ਹੀ ਪਹਿਲਾਂ ਐਕਸਪੈਰੀਮੈਂਟ ਕਰਕੇ ਫੇਰ ਦੱਸਦਾ ਕਿ ਨਾ ਕਿ ਕਿਸੇ ਦਾ ਕੋਈ ਨੁਕਸਾਨ ਹੋ ਜੇ ਆ ਜਿੰਨੇ ਟਰੈਕਟਰ ਰੂਟਾਵੇਟਰ ਤੇ ਚੱਲਦੇ ਆ ਇਹ ਵੀਡੀਓ ਉਹਨਾਂ ਲਈ ਆ ਇਹਨਾਂ ਟਰੈਕਟਰ ਦੇ ਕਰਾਸਾਂ ਚ ਮਿੱਟੀ ਪੈ ਕੇ ਕ੍ਰਾਸ ਖਰਾਬ ਹੋ ਜਾਂਦੇ ਸੀਗੇ ਤੇ ਇੱਕ ਜਿੱਥੋਂ ਕ੍ਰਾਸ ਨੇ ਲੈਫਟ ਚੱਕੀ ਤੋਂ ਉੱਪਰ نیچے ਹੁਣਾ ਹੁੰਦਾ ਉਸ ਜਗ੍ਹਾ ਤੇ ਮਿੱਟੀ ਪੈ ਕੇ ਟਰੈਕਟਰ ਦੀ ਪੀਟੀਓ ਵਗੈਰ ਵਾਲੀ ਸੀਲ ਬਹੁਤ ਖਰਾਬ ਹੁੰਦੀ ਸੀ ਇਹ ਮੈਂ ਇੱਕ ਟੂਬ ਲੈ ਕੇ ਟਰੈਕਟਰ ਦੇ ਮੂਹਲੇ ਟਾਇਰ ਦੀ ਉਹਨੂੰ ਵੱਢ ਕੇ ਜਿਹੜੇ ਹੌਸ ਪਾਈਪਾਂ ਵਾਲੇ ਕਲੈਂਪ ਹੁੰਦੇ ਉਹਨਾਂ ਨਾਲ ਕਸਤਾ ਉਹ ਟਿਊਬ ਨੂੰ ਇਹ ਟਰੈਕਟਰ ਨੇ ਘੱਟੋ ਘੱਟ 70 ਤੋਂ 65 ਕਿੱਲੇ ਕੱਦੂ ਕਰਤੇ ਆ ਜਿਵੇਂ ਅਸੀਂ ਸਾਰੇ ਰੂਟਾਵੇਟਰ ਨਾਲ ਹੀ ਕੰਦੂ ਕਰਦੇ ਆਂ ਅੱਗੇ ਸਾਨੂੰ ਦੋ ਵਾਰਾਂ ਕਰਾਸ ਬਦਲਣਾ ਪੈਂਦਾ ਸੀ ਜਾਂ ਉਹ ਜਾਮ ਹੋ ਜਾਂਦਾ ਸੀ ਪਰ ਜਿਹੜਾ ਮੈਂ ਕੰਮ ਕੀਤਾ ਇਹਦੇ ਨਾਲ ਕਰਾਸ ਬਿਲਕੁਲ ਸਾਫ਼ ਸੁਥਰੇ ਰਹੇ 1% ਵੀ ਇਹਨਾਂ ਚ ਗਾਰਾ ਨਹੀਂ ਗਿਆ ਨਾ ਕੋਈ ਮਿੱਟੀ ਗਈ ਬਾਕੀ ਉਹ ਦਿਨ ਵੀਡੀਓ ਬਣਾਵਾਂਗੇ ਜਿਹਦੇ ਨਾਲ ਕਰਾਸ ਵੱਖਰਾ ਕੀਤਾ ਉਹ ਵੀ ਦਿਖਾ ਦੂੰਗਾ ਪਰ ਬਹੁਤ ਵਧੀਆ ਤਿਆਰਬ ਆਇਆ ਇੱਕ ਇਹਦੇ ਇਹਨੂੰ ਅੰਦਰ ਬਾਹਰ ਜਾਣ ਚ ਜਿੱਥੇ ਗ੍ਰੀਸ ਲਾਤਾ ਕੀਰਾ ਉਨਾ ਹੀ ਗ੍ਰੀਸ ਲੱਗਾ ਰਿਆ ਹੱਕ ਆ ਕ੍ਰਾਸ ਮਿੱਟੀ ਘਾਰੇ ਤੋਂ ਬਿਲਕੁਲ ਬਚੇ ਰਏ ਆ ਦੇਖ ਲਓ ਨਹੀਂ ਅੱਗੇ ਕ੍ਰਾਸ ਟੁੱਟ ਜਾਂਦੇ ਸੀ ਹੁਣ ਇਹ ਚ ਗ੍ਰੀਸ ਮਾਰਦੇ ਗ੍ਰੀਸ ਹੀ ਨਿਕਲਦਾ ਨਾ ਕਿ ਮਿੱਟੀ